ਕਿੰਨਾ ਧਨ ਨੇ ਸਾਡੀ ਇਸ ਹਸਤੀ ਦੇ ਅੰਦਰ ਸਾਨੂੰ ਉਹਦਾ ਅੰਦਾਜ਼ਾ ਹੀ ਨਹੀਂ ਸਾਨੂੰ ਪਤਾ ਲੱਗਾ ਜਦੋਂ ਕੋਵਿਡ ਆਇਆ ਤੇ ਸਾਨੂੰ ਸਾਹ ਲਈ ਆਕਸੀਜਨ ਲੈਣੀ ਪਈ ਸਾਨੂੰ ਮੁੱਲ ਪਤਾ ਲੱਗਾ ਕਿ ਆਕਸੀਜਨ ਦਾ ਮੁੱਲ ਕੀ ਅਸੀਂ ਜੋ ਜੰਮਣ ਤੋਂ ਲਾ ਹੁਣ ਤੱਕ ਸਾਹ ਲਏ ਉਹ ਇੱਕ ਇੱਕ ਸਾਹ ਸਾਨੂੰ ਕਿਹੜੇ ਕਿਹੜੇ ਰੁੱਖ ਦੇ ਕਿਹੜੇ ਕਿਹੜੇ ਪੱਤਰ ਨੇ ਦਿੱਤਾ ਸਾਨੂੰ ਨਹੀਂ ਪਤਾ ਸੋ ਉਹ ਰੁੱਖ ਸੰਤ ਨੇ ਸਾਧੂ ਉਹ ਦਰਵੇਸ਼ ਨੇ ਜਿਹੜੇ ਸਾਹ ਦੇ ਰਹੇ ਨੇ ਸਾਨੂੰ ਜੀਵਨ ਦੇ ਰਹੇ ਨੇ ਰੌਲਾ ਦੀ ਪਾ ਔਰ ਆਪਣੇ ਕੀਤੇ ਦਾ ਰਿਵਾਰਡ ਨਹੀਂ ਮਿਲਿਆ ਦਰਵੇਸ਼ ਮਿੱਟੀ ਹੈ ਜਿਹੜੀ ਸਾਡੀ ਸਾਰੀ ਆਤਮਾ ਸਾਡਾ ਸਾਰਾ ਮਨ ਸਾਡੀ ਸਾਰੀ ਮਿਹਨਤ ਸਾਡੇ ਸਾਰੇ ਅਹੰਕਾਰ ਸੀਗੇ ਅਸੀਂ ਇਹਦੇ ਉੱਤੇ ਡੁੱਬੇ ਪਏ ਹਾਂ ਇਹਦੇ ਤੋਂ ਸੁਥਰਾ ਲੈ ਕੇ ਖਾ ਕੇ ਔਰ ਸਾਰਾ ਰੱਦ ਔਰ ਦੰਦ ਅਸੀਂ ਇਹਨੂੰ ਵਾਪਿਸ ਕਰ ਦਿੰਦੇ ਬੋਲਦੀ ਨੇ ਫਿਰ ਵੀ ਅਗਲੀ ਵਾਰ ਸਾਡੇ ਲਈ ਨਵਾਂ ਹਾਲ ਉਪਜਾਉਂਦੀ ਇਹ ਹੈ ਸੇਵਾ ਸੇਵਾ ਦੇ ਮਾਮੇ ਥੋੜੇ ਜਿਵੇਂ ਸਾਨੂੰ ਵਿਚਾਰਨ ਦੀ ਲੋੜ ਹੈ ਸੇਵਨਾ ਹੈ ਨਿੱਘ ਦੇਣਾ ਜਿਵੇਂ ਕੁੱਕੜੀ ਆਂਡੇ ਸੇਵਦੀ ਹੈ ਨਿੱਘ ਦਿੰਦੀ ਹੈ ਆਪਣੀ ਹੋਂਦ ਔਰ ਆਪਣੀ ਹਸਤੀ ਦਾ ਤੇ ਵਿੱਚੋਂ ਨਵੀਂ ਜੂਨ ਜਾਂਦੀ ਹੈ ਅਸੀਂ ਚਾਰ ਭਾਂਡੇ ਧੋ ਕੇ ਘਰ ਦੇ ਜਾਂ ਕਿਸੇ ਸਾਂਝੇ ਲੰਗਰ ਦੇ ਚਾਰ ਜੋੜੇ ਸਾਂਭ ਕੇ ਘਰ ਦੇ ਜਾਂ ਕਿਸੇ ਸਾਂਝੀ ਥਾਂ ਦੇ ਅਸੀਂ ਸਮਝਦੇ ਹਾਂ ਅਸੀਂ ਸੇਵਾ ਕੀਤੀ ਇਹ ਸੇਵਾ ਨਹੀਂ ਸੇਵਾ ਉਦੋਂ ਹੋਵੇਗੀ ਜਦੋਂ ਪਹਿਲੇ ਸਾਡੀ ਆਪਣੇ ਆਪ ਦੇ ਨਾਲ ਸੰਗਤ ਹੋਵੇਗੀ ਸਾਡੀ ਤਨ ਔਰ ਮਨ ਦੀ ਇਕਾਈ ਬਣੇਗੀ ਅਸੀਂ ਬਾਹਰ ਸੰਗਤ ਨਹੀਂ ਕਰ ਸਕਦੇ ਜਦੋਂ ਤੱਕ ਸਾਡੀ ਆਪਣੀ ਹਸਤੀ ਦੇ ਪੰਜਾਂ ਤੱਤਾਂ ਦੀ ਔਰ ਪੰਜਾਂ ਹਵਾਸਾਂ ਦੀ ਆਪਣੇ ਆਪ ਦੇ ਨਾਲ ਸੰਗਤ ਨਹੀਂ ਹੁੰਦੀ ਅਸੀਂ ਬਾਹਰ ਕਿਸੇ ਨੂੰ ਆਪਣਾ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਆਪ ਪਹਿਲੇ ਆਪਣੇ ਨਹੀਂ ਹੁੰਦੇ ਤੇ ਰੱਬ ਕਿਹਨਾਂ ਨੂੰ ਮਿਲਦਾ ਹੈ ਉਹਨਾਂ ਨੂੰ ਮਿਲਦਾ ਹੈ ਜਿਹੜੇ ਪਹਿਲੇ ਆਪ ਆਪਣੀ ਸੋਧ ਸਵਾਰ ਕਰਦਾ ਫਰੀਦਾ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੀ ਮੰਗ ਹੈ ਸਾਡੀ ਕਿ ਪੂਰੀ ਜਹਾਨ ਦੇ ਵਿੱਚ ਸਿਰਫ ਮੈਂ ਹੋਵਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਫੋਟੋ ਹੋਵੇ ਸਾਰੀਆਂ ਜਗ੍ਹਾ ਤੇ ਮੇਰੇ ਨਾਲ ਦੇ ਇਸ਼ਤਿਹਾਰ ਲੱਗੇ ਹੋਣ ਪਰ ਇੰਨੀਆਂ ਬੜੀਆਂ ਮੈਂ ਟੁੱਟਦੀਆਂ ਨੇ ਪਈਆਂ ਤੇ ਸੋਸ਼ਲ ਮੀਡੀਆ ਦੇ ਇਸ਼ਤਿਹਾਰ ਮੈਂ ਲਾਈ